नाम है विकास ते अज असी तुहाडे लई लैके आए हां हायर दी 65 इंच ओलेड टीवी। दोस्तों जिवें कि तुहानू पता है त्योहारां दा सीजन शुरू हो चुका है ते असी अपना जिहड़ा हैगा परचेज दा मन बना रहे हां ते इसे विचकार असी तुहाडे लई लैके आए हां हायर दी ओलेड टीवी। दोस्तों हायर ग्लोबली नंबर वन ब्रांड हैगा आ मेजर अपलायंस दे विच 2009 तो लैके 2021 तक कंजैकेटिव जिहड़ा हैगा आ ऑन टॉप हैगा आ एज़ पर यूरो मोनीटर इंटरनेशनल रिपोर्ट के हिसाब न हायर जिहड़ा इस टाइम जिहड़ा हैगा आ ऑन टॉप हैगा आ। जिवें कि असीं कोई भी परचेज करते तो साडे अंदर एक बहुत सारे सवाल हुंदे किहड़ा टीवी खरीदिए, एच डी खरीदिए, फुल एच डी खरीदिए, 4K खरीदिए या फिर ओलेड टीवी खरीदिए। अज असीं तुहाडे लई हायर दा प्रीमियम मॉडल लैके आए हां 65 इंच दे विच ओलेड टीवी। हुण ओलेड टीवी है क्या? आपां एलईडी टीवी भी खरीद सकते हैं बट ओलेड और एलईडी दे विच बेसिक डिफरेंस की हैगा? एलईडी दे पिछे तुहानूं एक बैकलाइट सोर्स मिलता है जिहदे तों कलर जनरेट हुंदे आ बट उहदे विच एक छोटी जिही दिक्कत इह रहिंदी है कि तुहानूं जिहड़े ब्लैक्स हैगे आ वाइट्स हैगा प्रॉपर नहीं दिख पाते। ओलेड दे विच जिहड़ा हैगा हर सैल की अपनी लाइट हुंदी आ। उहदा फायदा की हुंदा? अगर तुसीं कोई डार्क सीन देख रहे हो ਤਾਂ ਤੁਸੀਂ ਕੋਰਨਰ ਟੂ ਕੋਰਨਰ ਜਿਹੜਾ ਹੈਗਾ ਉਹਨੂੰ ਹਰ ਸੈੱਲ ਨੂੰ ਕੰਟਰੋਲ ਕਰ ਸਕਦੇ ਹੋ। ਮਤਲਬ ਜਿਹੜੇ ਬਲੈਕਸ ਹੈਗੇ ਆ ਉਹ ਤੁਹਾਨੂੰ ਪ੍ਰੋਪਰ ਬਲੈਕਸ ਦੇਖਣ ਨੂੰ ਮਿਲਣਗੇ ਅਤੇ ਵਾਈਟ ਜਿਹੜੇ ਹੈਗੇ ਆ ਪ੍ਰੋਪਰ ਵਾਈਟ ਦੇਖਣ ਨੂੰ ਮਿਲਦੇ। ਹਰ ਕਲਰ ਨੂੰ ਜਿਹੜਾ ਹੈਗਾ ਆ ਬੂਸਟ ਕਰਕੇ ਦਿਖਾਉਂਦਾ ਹੈ ਤੁਹਾਨੂੰ ਅਤੇ ਤੁਹਾਨੂੰ ਬੈਟਰ ਕਲਰ ਰੀਪ੍ਰੋਡਕਸ਼ਨ ਦੇਖਣ ਨੂੰ ਮਿਲਦੀ ਆ। ਅੱਜ ਅਸੀਂ ਤੁਹਾਡੇ ਲਈ ਇਹਦੇ ਟੌਪ 5 ਫੀਚਰ ਜਿਹੜੇ ਹੈਗੇ ਆ ਤੁਹਾਨੂੰ ਵੀਡੀਓ ਦੇ ਵਿੱਚ ਇਹਦੇ ਦੱਸਾਂਗੇ। ਸਭ ਤੋਂ ਪਹਿਲਾ ਫੀਚਰ ਜਿਹੜਾ ਹੈਗਾ ਇਹਦੀ ਰਿਫਰੈਸ਼ ਰੇਟ, ਇਹਦੇ ਵਿੱਚ ਤੁਹਾਨੂੰ 120 ਗੀਗਾ ਹਰਟ ਤੱਕ ਜਿਹੜੀ ਇਹਦੀ ਰਿਫਰੈਸ਼ ਰੇਟ ਮਿਲਦੀ ਹੈ ਜਿਹਦੇ ਨਾਲ ਕਿਆ ਹੁੰਦਾ ਆ ਫਾਸਟ ਮੂਵਿੰਗ ਆਈਟਮ ਜਿਹੜੀਆਂ ਹੈਗੀਆਂ ਉਹ ਬਹੁਤ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲਦੀ ਆ, ਫਰੇਮ ਰੇਟ ਵੱਧ ਜਾਂਦਾ ਆ, ਕੋਈ ਸਾਨੂੰ ਬਲਰ ਸੀਨ ਦੇਖਣ ਨੂੰ ਨਹੀਂ ਮਿਲਦੇ, ਬਹੁਤ ਅੱਛੀ ਕਲਰ ਰੀਪ੍ਰੋਡਕਸ਼ਨ ਦੇਖਣ ਨੂੰ ਮਿਲਦੀ ਹੈ ਅਤੇ ਬਹੁਤ ਅੱਛਾ ਜਿਹੜਾ ਹੈਗਾ ਆ ਰਿਸਪੋਂਸ ਆਉਂਦਾ ਐਲਈਡੀ ਦਾ। ਉਸ ਤੋਂ ਬਾਅਦ ਜਿਹੜੇ ਇਹਦਾ ਦੂਜਾ ਫੀਚਰ ਹੈਗਾ ਆ ਉਹ ਹੈਗਾ ਇਹਦਾ ਹੈਂਡਸ ਫਰੀ ਓਪਰੇਸ਼ਨ। ਮੋਸਟਲੀ ਤੁਸੀਂ ਕੋਈ ਵੀ ਐਲਈਡੀ ਦੇਖ ਰਹੇ ਹੋ ਉਹਦੇ ਵਿੱਚ ਜਿਹੜਾ ਰਿਮੋਟ ਦੇ ਉੱਤੇ ਇਸ ਤਰੀਕੇ ਦਾ ਬਟਨ ਹੁੰਦਾ ਜਿਹਨੂੰ ਅਸੀਂ ਬੋਲ ਕੇ ਓਪਰੇਟ ਕਰਦੇ ਹਾਂ ਬਟ ਇਹਦੇ ਵਿੱਚ ਤੁਹਾਨੂੰ ਇੱਕ ਸਮਾਰਟ ਰਿਮੋਟ ਮਿਲੇਗਾ ਜਿਹਨੂੰ ਤੁਸੀਂ ਬਿਨਾਂ ਹੱਥ ਲਗਾਏ ਵੀ ਓਪਰੇਟ ਕਰ ਸਕਦੇ ਹੋ। ਤੁਸੀਂ ਜਸਟ ਆਪਣਾ ਓਕੇ ਗੂਗਲ ਔਰ ਆਪਣੀ ਕਮਾਂਡ ਦੇਣੀ ਆ ਬੋਲ ਕੇ ਇਹਨੂੰ ਓਪਰੇਟ ਕਰ ਸਕਦੇ ਹੋ। ਲਾਈਕ ਐਗਜ਼ਾਮਪਲ ਓਕੇ ਗੂਗਲ ਪਲੇ ਬਾਲੀਵੁੱਡ ਸੌਂਗ ਤਾਂ ਇਹ ਜਿਹੜਾ ਹੈਗਾ ਤੁਹਾਡਾ ਯੂਟਿਊਬ ਦੇ ਉੱਤੇ ਉਹ ਕੰਟੈਂਟ ਚਲਾ ਦੇਗਾ। ਉਸ ਤੋਂ ਬਾਅਦ ਜੇ ਮੇਰੇ ਤੀਜੇ ਫੀਚਰ ਦੀ ਗੱਲ ਕਰਾਂ ਤਾਂ ਜੇ ਤੀਜਾ ਫੀਚਰ ਹੈਗਾ ਇਹਦਾ ਡਿਜ਼ਾਇਨ, ਡਿਜ਼ਾਇਨ ਬਹੁਤ ਸ਼ਾਨਦਾਰ ਹੈਗਾ ਆ, ਬਿਲਕੁਲ ਜਿਹੜਾ ਹੈਗਾ ਆ ਬੇਜ਼ਲ ਖਤਮ ਕਰ ਦਿੱਤੀ ਹੈ ਔਰ ਇਹਦੀ ਥਿਕਨੈਸ ਦੀ ਗੱਲ ਕਰਾਂ ਤਾਂ ਇੱਕ ਕੁਆਇਨ ਦੇ ਬਰਾਬਰ ਇਹਦੀ ਥਿਕਨੈਸ ਹੈਗੀ ਆ। ਮਤਲਬ ਇਸ ਤੋਂ ਵਧੀਆ ਡਿਜ਼ਾਇਨ ਮੇਰੇ ਖਿਆਲ ਨਾਲ ਸ਼ਾਇਦ ਹੀ ਕਿਸੇ ਐਲਈਡੀ ਦੇ ਵਿੱਚ ਆਉਂਦਾ ਹੋਏਗਾ, ਬਹੁਤ ਅੱਛਾ ਡਿਜ਼ਾਇਨ ਹੈਗਾ ਆ। ਅਤੇ ਉਸ ਤੋਂ ਅਗਲਾ ਫੀਚਰ ਜਿਹੜਾ ਹੈਗਾ ਇਹਦਾ ਚੌਥਾ ਫੀਚਰ, ਇਹਦੇ ਵਿੱਚ ਤੁਹਾਨੂੰ ਗੂਗਲ ਐਂਡਰਾਇਡ ਦੇਖਣ ਨੂੰ ਮਿਲਦਾ ਆ। ਗੂਗਲ ਐਂਡਰਾਇਡ ਦਾ ਹੁਣ ਫਾਇਦਾ ਕੀ ਹੈ? ਜਿਵੇਂ ਕਿ ਹਾਇਰ ਦੇ ਸਾਰੇ ਲਗਭਗ ਮਾਡਲਾਂ ਦੇ ਵਿੱਚ ਗੂਗਲ ਐਂਡਰਾਇਡ ਹੀ ਆਉਂਦਾ ਆ। ਉਹਦੇ ਨਾਲ ਕਿਆ ਹੈਗਾ ਤੁਹਾਡਾ ਇੰਟਰਫੇਸ ਜਿਹੜਾ ਹੈਗਾ ਆ ਈਜ਼ੀ ਟੂ ਯੂਜ਼ ਕਰ ਸਕਦੇ ਹੋ ਤੁਸੀਂ ਉਹਨੂੰ। ਪਲੇ ਸਟੋਰ ਇਨਬਿਲਟ ਮਿਲਦਾ ਆ ਜਿਹਦੇ ਉੱਤੇ ਤੁਹਾਨੂੰ 4000 ਤੋਂ ਵੱਧ ਐਪਲੀਕੇਸ਼ਨਾਂ ਦੇਖਣ ਨੂੰ ਮਿਲਦੀਆਂ ਆ। ਤੁਸੀਂ ਕੋਈ ਵੀ ਐਪਲੀਕੇਸ਼ਨ ਜਿਹੜੀ ਐਲਈਡੀ ਦੇ ਕੰਪੈਟੇਬਲ ਹੈਗੀ ਆ ਉਹ ਡਾਊਨਲੋਡ ਕਰ ਸਕਦੇ ਹੋ ਅਤੇ ਚਲਾ ਸਕਦੇ ਹੋ। ਅਗਲਾ ਫੀਚਰ ਜਿਹੜਾ ਹੈਗਾ ਆ ਇਹਦੇ ਵਿੱਚ ਤੁਹਾਨੂੰ ਮਿਲਦਾ ਹੈਗਾ ਆ ਉਹ ਡੋਲਬੀ ਵਿਜ਼ਨ ਦੀ ਸਪੋਰਟ ਮਿਲਦੀ ਆ, HDR10+ ਦੀ ਸਪੋਰਟ ਮਿਲਦੀ ਆ। ਮਤਲਬ ਕੋਈ ਇੱਦਾਂ ਦਾ ਕੰਟੈਂਟ ਨਹੀਂ ਹੈਗਾ ਜਿਹੜਾ ਤੁਸੀਂ ਇਹਦੇ 'ਤੇ ਪਲੇ ਨਹੀਂ ਕਰ ਸਕਦੇ। ਮਤਲਬ ਹਰ ਤਰ੍ਹਾਂ ਦਾ ਕੰਟੈਂਟ ਇਹਦੇ 'ਤੇ ਤੁਸੀਂ ਪਲੇ ਕਰ ਸਕਦੇ ਹੋ, ਆਪਣਾ ਨੈੱਟਫਲਿਕਸ ਹੋ ਗਿਆ, ਹੌਟਸਟਾਰ ਹੋ ਗਿਆ ਜਾਂ ਕੋਈ ਵੀ ਐਪਲੀਕੇਸ਼ਨ ਜਿਹੜੀ ਹੈਗੀ ਉਹਦਾ ਕੰਟੈਂਟ ਤੁਸੀਂ ਇਹਦੇ 'ਤੇ ਈਜ਼ਲੀ ਚਲਾ ਸਕਦੇ ਹੋ। ਡੋਲਬੀ ਐਟਮੋਸ ਨੂੰ ਸਪੋਰਟ ਕਰਦਾ ਆ, ਸਾਊਂਡ ਕੁਆਲਿਟੀ ਬਿਹਤਰੀਨ ਹੈਗੀ ਆ ਔਰ ਬਹੁਤ ਹੀ ਅੱਛਾ ਮਾਡਲ ਹੈਗਾ ਆ, ਤਾਂ ਨਵਾਂ ਨਿਊਲੀ ਲਾਂਚ ਮਾਡਲ ਹੈਗਾ ਆ। ਮੈਂ ਜਿਹੜੀ ਡਿਟੇਲ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਨਸ਼ਨ ਕਰ ਦੂੰਗਾ, ਪਲੀਜ਼ ਇੱਕ ਵਾਰ ਵਿਜ਼ਿਟ ਕਰੋ ਅਤੇ ਜਿਹੜਾ ਹੈਗਾ ਆ ਪੂਰਾ ਐਨ ਆਪਣਾ ਐਕਸਪੀਰੀਅੰਸ ਜਿਹੜਾ ਹੈਗਾ ਲਓ। ਔਨਲਾਈਨ ਖਰੀਦਣ ਦੀ ਬਜਾਏ ਤੁਸੀਂ ਇੱਕ ਵਾਰ ਸਾਡੇ ਸਟੋਰ 'ਤੇ ਆਓ ਅਤੇ ਆਪਣਾ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰੋ।